ਫਿਰੋਜ਼ਪੁਰ ਦੇ ਜੀਰਾ ਵਿੱਚ ਕਰੋਨਾ ਨੇ ਤਬਾਹੀ ਮਚਾ ਰੱਖੀ ਹੈ, ਜਿੱਥੇ ਕਿ ਫਰੈਂਡਸ ਕਲੋਨੀ ਦੇ ਇੱਕੋ ਪਰਿਵਾਰ ਦੇ 6 ਮੈਂਬਰ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਅਤੇ ਉਸ ਖੇਤਰ ਨੂੰ ਮਾਈਕਰੋ ਕੰਟਰਾਸਟ ਜ਼ੋਨ ਬਣਾਇਆ ਗਿਆ ਹੈ ਅਤੇ ਇਸ ਦੇ ਨਮੂਨੇ ਨੇੜਲੇ ਮਕਾਨਾਂ ਦੇ ਵੀ ਲਏ ਜਾ ਰਹੇ ਨੇ। ਮੈਂ ਟੋਟਲ ਟੋਟਲ ਗੱਲ ਕਰੀ, ਟੋਟਲ ਆਪਣੇ ਫਾਈਪਰ ਦੀ ਟੋਟਲ ਕੇਸ ਹੁਣ ਤੱਕ ਜਿੰਨੇ ਹੋਏ ਹੈਗੇ ਉਹ ਹੈਗੇ 4624। ਇਹ ਹੁਣ ਆਪਣੇ ਐਕਟਿਵ ਹੈਗੇ ਉਹ ਆਪਣੇ 25 ਹੈਗੇ ਆਪਣੇ ਇਸ ਵੇਲੇ। ਇੱਕ ਸਕੂਲ ਵਾਲਾ ਰਿਪੀਟ ਕਰੋ, ਕਿਹੜਾ ਕਿੰਨੇ ਸਕੂਲ ਦੇ ਕਿੰਨੇ ਟੀਚਰਸ ਦੇ ਤੁਸੀਂ ਹੁਣ ਤੱਕ ਜਿਹੜਾ ਗਾਈਡਲਾਈਨਸ ਮੁਤਾਬਕ? ਅਸੀਂ ਹੁਣ ਤੱਕ ਫਾਈਪੁਰ ਡਿਸਟ੍ਰਿਕਟ ਦੇ ਪਿੰਡਾਂ ਦੇ ਪਲੱਸ ਆਪਣੇ ਅਰਬਨ ਦੇ ਮਿਲਾ ਕੇ 21 ਸਕੂਲਾਂ ਵਿੱਚ 420 ਸੈਂਪਲ ਹੁਣ ਤੱਕ ਲੈ ਚੁੱਕੇ ਹੈਗੇ ਆ, ਜਿਹਦੇ ਵਿੱਚੋਂ ਸਾਡੇ ਮਤਲਬ ਕਿ 20 ਸੈਂਪਲ ਦੇ ਰਿਪੋਰਟ ਆਉਣੇ ਪੈਂਡਿੰਗ ਹੈ, ਜੋ ਸੈਂਪਲ ਕੱਲ੍ਹ ਹੋਏ ਸੀਗੇ। ਅਤੇ ਇਹ ਜਿਹੜੇ ਸੈਂਪਲ ਆ ਕਿਹੜੀ ਗਾਈਡਲਾਈਨਸ ਦੇ ਅਕੋਰਡਿੰਗ ਤੁਸੀਂ ਲੈ ਰਹੇ ਹੋ? ਇਹ ਆਪਣੇ ਜੋ ਪੰਜਾਬ ਸਰਕਾਰ ਦੀਆਂ SOPs ਗਾਈਡਲਾਈਨਸ ਆਈਆਂ ਸੀਗੀਆਂ ਕਿ ਜੇ ਮਤਲਬ ਕਿ ਟੀਚਰ ਦੇ ਹੈਗੇ ਆ ਜੇ ਸਕੂਲ ਖੁੱਲ੍ਹਦੇ ਹੈਗੇ ਆ ਤਾਂ ਉਹਨਾਂ ਨਾਲ ਸੈਂਪਲ ਕਰਵਾਉਣੇ ਹੁੰਦੇ ਹੈਗੇ ਆ, ਉਸ ਗਾਈਡਲਾਈਨਸ ਦੇ ਅਕੋਰਡਿੰਗ ਸੈਂਪਲ ਕਰਵਾਉਣੇ। ਅਸੀਂ ਜਿੰਨੇ ਵੀ ਆਪਣੇ ਅਸੀਂ ਸਕੂਲਜ਼ ਹੈਗੇ ਆ ਅਸੀਂ ਥਰੂ DEO ਸੈਕੰਡਰੀ ਅਤੇ ਥਰੂ DEO ਪ੍ਰਾਇਮਰੀ ਇਹ ਸਾਰੇ ਸਕੂਲਾਂ ਨੂੰ ਮੈਸੇਜ ਲਗਾ ਚੁੱਕੇ ਹੋਏ ਹਾਂ। ਜਿਵੇਂ ਸਾਨੂੰ ਸਕੂਲ ਵਾਲੇ ਫੋਨ ਕਰਦੇ ਹੈਗੇ ਆ, ਅਸੀਂ ਐਸ ਪਰ ਆਪਣੀ ਮੋਬਾਈਲ ਟੀਮਸ ਅਵੇਲੇਬਿਲਟੀ ਹੈਗੀ ਹੈ ਅਸੀਂ ਉਹਨਾਂ ਸਕੂਲ ਸੈਂਪਲਿੰਗ ਪਲੈਨ ਕਰ ਲੈਂਦੇ ਹੁੰਦੇ ਹਾਂ। ਕੁਛ ਸਕੂਲ ਅਸੀਂ ਟੀਮ ਭੇਜ ਦਿੰਦੇ ਹੁੰਦੇ ਹਾਂ, ਕੁਛ ਸਟਾਫ ਸਾਨੂੰ ਆ ਕੇ ਸੈਂਪਲ ਦੇ ਜਾਂਦਾ ਹੁੰਦਾ। 6-6 ਲੋਕ ਜਿਹੜੇ ਪੋਜ਼ਿਟਿਵ ਆਏ ਆਪਣਾ ਇੱਕ ਆਪਣੇ ਜੀਰਾ ਹੈਗਾ, ਉੱਥੇ ਫਰੈਂਡਸ ਇਨਕਲੇਵ ਹੈਗਾ, ਉੱਥੇ ਸੋਸਾਇਟੀ ਹੈਗੀ ਆ, ਉੱਥੇ ਇੱਕ ਹੀ ਪਰਿਵਾਰ ਦੇ 6 ਮੈਂਬਰ ਇੱਕ ਘਰ ਦੇ ਪੋਜ਼ਿਟਿਵ ਆਏ ਸੀਗੇ। ਉੱਥੇ ਅਸੀਂ ਵਿਦ ਹੈਲਪ ਆਫ SDM ਸਰ ਅਸੀਂ ਮਾਈਕਰੋ ਕੰਟੇਨਮੈਂਟ ਜ਼ੋਨ ਲਗਾਇਆ ਉੱਥੇ, ਉਹਦੇ ਅਸੀਂ ਜਾ ਕੇ ਦੇਖ ਕੇ ਆਏ ਸੀਗੇ ਅਤੇ ਉਹਦੇ ਘਰ ਦੇ ਆਸ ਪਾਸ 7-8 ਘਰ ਹੀ ਬੰਦੇ ਹੈਗੇ ਆ, ਕਿਉਂਕਿ ਉੱਥੇ ਕਾਫੀ ਸਕੈਟਰਡ ਪਾਪੂਲੇਸ਼ਨ ਹੈਗੀ, ਇਕੱਠੀ ਪਾਪੂਲੇਸ਼ਨ ਇਕੱਠਾ ਗਣਤਵ ਕੋਈ ਵੀ ਨਹੀਂ ਹੈਗਾ, ਅਲੱਗ ਅਲੱਗ ਪਾਪੂਲੇਸ਼ਨ ਹੈਗੀ ਆ। ਅਤੇ 8-9 ਘਰ ਅਸੀਂ ਉਹਨਾਂ ਨੂੰ ਸਲਾਹ ਦੇ ਕੇ ਆਏ ਤੁਸੀਂ ਆਪਣੇ ਘਰ ਦੇ ਅੰਦਰ ਰਹੋਗੇ। ਅੱਜ ਅਸੀਂ ਉਹਨਾਂ ਨੇ ਸੈਂਪਲਿੰਗ ਕਰਵਾਈ ਹੈਗੀ ਹੈ, ਮੇਰੇ ਹੁਣੇ ਜਿਹੜੇ ਆਪਣੇ SMO ਜੀਰਾ ਹੈਗਾ ਡਾਕਟਰ ਰਵਿੰਦਰ, ਉਹਨਾਂ ਨਾਲ ਮੇਰੀ ਗੱਲ ਹੋਈ ਹੈਗੀ ਹੈ। ਉੱਥੇ 15 ਸੈਂਪਲਸ ਅੱਜ ਅਸੀਂ ਕਰਾਏ ਆ, ਹੋਰ ਉਸ ਘਰ ਤੋਂ ਇਲਾਵਾ ਬਾਕੀ ਘਰਾਂ ਦੇ ਹਰ ਘਰ 3-3-2 ਸੈਂਪਲ ਕਰਾਏ ਆ ਅਸੀਂ, ਤਾਂ ਕਿ ਦੇਖੀਏ ਅਸੀਂ ਕਿ ਜਿਹਨਾਂ ਉਹਨਾਂ ਫੈਲਾਵ ਕਿੰਨਾ ਖੋਇਆ ਹੋਇਆ ਹੈ। ਉਹ ਸੈਂਪਲ ਅੱਜ ਅਸੀਂ ਭੇਜਾਂਗੇ ਅਤੇ ਉਹਦੀ ਰਿਪੋਰਟ ਕੱਲ੍ਹ ਦੁਪਹਿਰ ਤੱਕ ਆ ਜਾਊਗੀ। ਐਵੇਂ ਜੇ ਫਿਰੋਕੇ ਪਿੰਡ ਹੈਗਾ, ਇਹ ਆਪਣੇ ਬਲੋਕ ਕਸਵਾਨਾ 'ਚ ਪੈਂਦਾ ਹੈਗਾ, ਇੱਥੇ ਵੀ ਇੱਕ ਪਰਿਵਾਰ ਦੇ ਪਿਛਲੇ ਹਫ਼ਤੇ 6 ਬੰਦੇ ਪੋਜ਼ਿਟਿਵ ਆਏ ਸੀਗੇ ਅਤੇ ਇਹਨਾਂ ਦੇ ਵੀ ਮਤਲਬ ਕਿ 35 ਸੈਂਪਲ ਕਰਾਏ ਸੀ ਅਸੀਂ ਪਿੰਡ ਦੇ ਕੱਲ੍ਹ, ਅਸੀਂ ਇੱਕੋ ਪਿੰਡ ਦੇ ਅਸੀਂ ਕੱਲ੍ਹ। ਮੇਰੇ ਖਿਆਲ ਤਾਂ ਹੁਣ ਵੈਸੇ ਰਿਪੋਰਟ ਆਵੇ ਗਈ ਹੋਣੀ ਆ ਅਤੇ ਮੈਂ ਕੋਈ ਚੈੱਕ ਵੀ ਕਰ ਲਵਾਂਗਾ ਉਹਨਾਂ 'ਚੋਂ ਕੋਈ ਪੋਜ਼ਿਟਿਵ ਆਇਆ ਕਿ ਨਹੀਂ ਆਇਆ ਹੈਗਾ। ਜੇ ਕੋਈ ਉਹਨਾਂ 'ਚ ਪੋਜ਼ਿਟਿਵ ਆਉਂਦਾ ਹੈਗਾ ਫਿਰ ਅਸੀਂ ਅੱਗੇ ਉਸ ਅਕੋਰਡਿੰਗ ਫਰਦਰ ਐਕਸ਼ਨ ਪਲੈਨ ਕਰਾਂਗੇ ਅਸੀਂ। ਸਕੂਲ ਦੇ 25